ਰੱਬ ਨੂੰ ਜੇ ਪਾਉਣਾ ਹੈ ਨਾ ਜੀ ਤੇ ਮਨੁੱਖ ਦੇ ਵਿੱਚ ਉਹ ਦੂਜਾ ਗੁਣ ਇਹ ਚਾਹੀਦਾ ਆ ਕਿ ਸਤਗੁਰ ਮੇਰੇ ਕੋਲ ਜੋ ਕੁਛ ਵੀ ਹੈ ਬੰਦਾ ਗੁਨਾ ਕਰਕੇ ਅੱਗੇ ਨਿਕਲ ਜਵੇ ਬੰਦਾ ਰੂਪ ਕਰਕੇ ਸੋਹਣਾ ਸੁਣਖਾ ਹੋਵੇ ਬੰਦੇ ਕੋਲ ਦੁਨੀਆਵੀ ਤੌਰ ਤੇ ਕਿਉਂਦਾ ਹੋਵੇ ਬੰਦੇ ਕੋਲ ਦੁਨੀਆ ਦੀ ਹਰ ਇੱਕ ਚੀਜ਼ ਹੋਵੇ ਬੰਦਾ ਇਹ ਨਾ ਦਾਵਾ ਕਰੇ ਕਿ ਇਹ ਮੇਰੇ ਕਰਕੇ ਆ ਉਹ ਸਤਿਗੁਰਜੀ ਦੇ ਚਰਨਾਂ 'ਚ ਅਰਦਾਸ ਕਰੇ ਮਾਲਕ ਜੀ ਇਹ ਤੇਰੀ ਕਿਰਪਾ ਹੈ ਗੁਰਪ੍ਰਸਾਦ ਨੂੰ ਚੇਤੇ ਰੱਖੇ ਮਾਲਕ ਤੇਰੀ ਮਿਹਰਾਂ ਮਤੁ ਹੈ ਮੇਰੀ ਇਨੀ ਔਕਾਤ ਨਹੀਂ ਹੈ ਕਿ ਇਹ ਚੀਜ਼ਾਂ ਮੈਂ ਆਪਣੀ ਮਿਹਨਤ ਨਾਲ ਕਰ ਸਕਾਂ ਮੈਂ ਆਪਣੀ ਸ਼ਾਨ ਪ੍ਰਣ ਕਰ ਸਕਾਂ ਏ ਮੇਰੇ ਮਾਲਕ ਤੂੰ ਮੇਰੇ ਤੇ ਬਖਸ਼ਿਸ਼ ਕੀਤੀ ਹੈ ਤੂੰ ਮੇਰੇ ਤੇ ਕਿਰਪਾ ਕੀਤੀ ਹੈ ਤਾਂ ਇਹ ਚੀਜ਼ਾਂ ਮੇਰੀ ਝੋਲੀ ਵਿੱਚ ਪਈਆਂ ਨੇ ਤਾਂ ਇਹ ਚੀਜ਼ਾਂ ਮੇਰੀ ਜ਼ਿੰਦਗੀ ਵਿੱਚ ਆਈਆਂ ਆ ਸਤਗੁਰੂ ਜੀ ਦੀ ਬਾਣੀ ਪੜਿਓ ਜੀ ਆਪਾਂ ਪੜਦੇ ਆ ਕਿ ਤੂ ਦੇ ਆਗਾ ਅਰਦਾਸ ਖਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਮੇਰੇ ਮਾਲਕ ਤੁਸੀਂ ਬਖਸ਼ਿਸ਼ ਕੀਤੀ ਹੈ ਤੁਹੋ ਡੇ ਕਿਰਪਾ ਹੋਈ ਹੈ ਤੁਸੀਂ ਮੇਰਾ ਮਤ ਕੀਤੀ ਹੈ ਤਾਂ ਕੋ ਸਤਗੁਰੇ ਮੇਰੀ ਝੋਲੀ ਚ ਪਿਆ ਗੁਰੂ ਅਰਜਨ ਦੇਵ ਪਾਤਸ਼ਾਹ ਜਤਾ ਆਪਾਂ ਸ਼ਬਦ ਪੜ੍ਹਦੇ ਆ ਸਤਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਬਖਸ਼ਿਸ਼ ਕਰਦੇ ਆ ਮਾਲਕ ਨੇ ਕਿੰਨਾ ਕੁਝ ਕੀਤਾ ਜੀ ਗੁਰੂ ਗ੍ਰੰਥ ਸਾਹਿਬ ਮਾਲਕ ਸਾਡੀ ਝੋਲੀ ਚ ਪਾਇਆ ਦਰਬਾਰ ਸਹਿਬ ਸਾਡੀ ਝੋਲੀ ਚ ਪਾਇਆ ਹੋਰ ਪਤਾ ਨਹੀਂ ਬਿਆੰਤ ਕਿੰਨੇ ਕਾਰਜ ਕੀਤੇ ਪਰ ਮੇਰੇ ਮਾਲਕ ਨੇ ਕੀ ਆਖਿਆ ਜੀ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਉਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਝੜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥਿਵਾ ਹਰਿਆ ਸਤਗੁਰ ਤੁਸੀਂ ਤਰਸ ਕੀਤਾ ਆ ਮੇਰੇ ਕੋਲੋਂ ਇਹ ਸੇਵਾ ਕਰਵਾਈ ਹੈ ਨਹੀਂ ਤਾਂ ਮੇਰੀ ਕੀ ਔਕਾਤ ਸਤਗੁਰ ਇਹ ਮੈਂ ਕੰਮ ਕਰ ਸਕਾਂ ਜੇ ਰੱਬ ਨੂੰ ਪਉਣਾ ਤੇ ਰੱਬ ਨੂੰ ਪਉਣ ਦਾ ਦੂਜਾ ਗੁਣ ਇਹ ਹੈ ਕਿ ਅਸੀਂ ਸਾਰਾ ਕੁਝ ਸਤਗੁਰ ਜੀ ਦੇ ਉੱਤੇ ਛੱਡ ਦਈਏ ਮਾਲਕ ਤੇਰੀ ਕਿਰਪਾ ਨਾਲੇ ਸਭ ਕੁਝ ਮੈਨੂੰ ਮਿਲਿਆ ਆ ਨਹੀਂ ਤਾਂ ਸਤਗੁਰ ਮੇਰੇ ਕੋਲ ਇੰਡੀ ਕੋਈ ਪਾਇਆ ਨਹੀਂ ਹੈ ਕਿ ਇਹ ਚੀਜ਼ਾਂ ਮੈਂ ਹਾਸਲ ਕਰ ਸਕਾਂ ਤੁਸੀਂ ਬੰਦੇ ਨੇ ਸਮਰਪਿਤ ਹੋ ਗਏ ਨਾ ਜੀ ਰੱਬ ਨੂੰ ਤੇ ਸਤਗੁਰ ਕਹਿੰਦਾ ਕਿ ਜਦੋਂ ਬੰਦੇ ਦਾ ਸੁਭਾਅ ਬਣ ਗਿਆ ਕਿ ਜਿਸ ਕੀ ਵਾਸਤ ਤਿਸ ਆਗੈ ਰੱਖੈ ਪ੍ਰਭ ਕੀ ਆਗੈ ਆ ਮਾਨੇ ਮੱਥੇ ਉਸਤੇ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਜਦੋਂ ਅਸੀਂ ਇਹ ਕਹਿਣ ਲੱਗ ਪਏ ਕਿ ਗੁਰੂ ਨੇ ਕਿਰਪਾ ਕੀਤੀ ਹੈ ਗੁਰ ਪ੍ਰਸਾਦ ਵਰਤਿਆ ਮੇਰੇ ਜੀਵਨ ਦੇ ਅੰਦਰ ਮਾਲਕ ਜੀ ਕਹਿੰਦੇ ਤੇਰੀ ਜੀਵਨ ਦੇ ਵਿੱਚ ਹੋਰ ਬਹਿ ਖੁਸ਼ੀਆਂ ਖੇੜੇ ਆਨੰਦ ਪਾ ਦੇਗਾ ਕਿਉਂਕਿ ਤੂੰ ਦੇਣ ਵਾਲੇ ਨੂੰ ਅੱਗੇ ਰੱਖਿਆ ਆ ਦੇਣ ਵਾਲੇ ਨੂੰ ਚੇਤੇ ਰੱਖਿਆ ਆ ਜਦੋਂ ਬੰਦਾ ਦੇਣ ਵਾਲੇ ਨੂੰ ਚੇਤੇ ਰੱਖੇ ਗੁਰੂ ਦੀ ਕਿਰਪਾ ਨੂੰ ਚੇਤੇ ਰੱਖੇ ਮਾਲਕ ਇਹਦੇ ਝੋਲਿਆਂ ਵਿੱਚ ਹੋਰ ਖੁਸ਼ੀਆਂ ਪਾਉਂਦਾ ਆ ਯਾਦ ਰੱਖਿਓ ਜੇ ਰੱਬ ਨੂੰ ਪਾਉਣਾ ਆ ਤੇ ਸਤਗੁਰ ਕਹਿੰਦੇ ਰੱਬ ਨੂੰ ਪਾਉਣ ਦਾ ਦੂਜਾ ਗੁਣ ਇਹ ਆ ਕਿ ਅਸੀਂ ਆਪਣਾ ਜੀਵਨ ਗੁਰੂ ਨੂੰ ਸਮਰਪਿਤ ਕਰ ਦਈਏ ਤੇ ਕਹਿ ਦਈਏ ਇਹ ਗੁਰੂ ਪ੍ਰਸਾਦ ਵਰਤਿਆ ਗੁਰੂ ਦੀ ਕਿਰਪਾ ਹੋਈਗਾ ਤਾਂ ਇਹ ਚੀਜ਼ਾਂ ਮੇਰੀ ਝੋਲੀ ਵਿੱਚ ਪਈ ਗਈਆਂ